ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਇਹ ਨਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਰੋਹਿਤ ਬੰਸਲ ਪੱਕਾ ਔਰ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਜੀ ਦੀ ਟੀਮ ਪਹੁੰਚੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਸ ਜਗ੍ਹਾ ਤੇ ਜਿਸ ਜਗ੍ਹਾ ਤੇ ਇਹ ਨਾਰਾ ਦਿੱਤਾ ਗਿਆ, ਸ੍ਰੀ ਕਰਤਾਰਪੁਰ ਸਾਹਿਬ। ਤੁਹਾਨੂੰ ਦਿਖਾਵਾਂਗੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਾਣ ਵਾਲੇ ਰਸਤੇ ਦਾ ਪੂਰਾ ਤਰੀਕਾ ਕਿ ਕਿਸ ਤਰੀਕੇ ਨਾਲ ਤੁਸੀਂ ਇੱਥੇ ਪਹੁੰਚ ਸਕਦੇ ਹੋ ਔਰ ਇਸ ਜਗ੍ਹਾ ਤੇ ਆ ਕੇ ਕੀ ਕੀ ਚੀਜ਼ਾਂ ਨੇ ਜਿਹੜੀਆਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਜਿਹੜੀਆਂ ਤੁਸੀਂ ਇਸ ਜਗ੍ਹਾ ਤੇ ਆ ਕੇ ਦਰਸ਼ਨ ਕਰ ਸਕਦੇ ਹੋ। ਹੈ ਭੀ ਸੱਚ ਨਾਨਕ ਹੋਸੀ ਉੱਪਰ ਦਰਬਾਰ ਸਾਹਿਬ ਬਣਿਆ ਹੋਇਆ ਔਰ ਦਰਬਾਰ ਸਾਹਿਬ ਦੇ ਬਿਲਕੁਲ ਜੇਕਰ ਤੁਸੀਂ ਸਾਹਮਣੇ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗੀ ਬਾਬੇ ਨਾਨਕ ਦੀ ਮਜ਼ਾਰ। ਇਹੀ ਉਹ ਪਵਿੱਤਰ ਖੂਹ ਹੈ ਜਿਸ ਖੂਹ ਦੇ ਵਿੱਚੋਂ ਬਾਬਾ ਨਾਨਕ ਜੀ ਨੇ ਪਾਣੀ ਕੱਢਿਆ, ਖੇਤੀ ਕੀਤੀ ਔਰ ਜਿਹੜਾ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ ਸੀ ਉਹ ਇਸੇ ਹੀ ਜਗ੍ਹਾ ਦੇ ਉੱਪਰ ਬਤੀਤ ਕੀਤਾ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਖੂਹ ਦੀਆਂ, ਜਿਸ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਗੁਰੂ ਸਾਹਿਬ ਖੇਤੀ ਕਰਦੇ ਸੀ। ਤਾਂ ਇਹ ਜਿਹੜਾ ਇੱਕ ਪੁਰਾਣਾ ਤਰੀਕਾ ਪਾਣੀ ਨੂੰ ਕੱਢਣ ਦਾ, ਇਹਨਾਂ ਪੁਲੀਆਂ ਨੂੰ ਘੁਮਾਇਆ ਜਾਂਦਾ ਸੀ ਬੈਲ ਦੀ ਮਦਦ ਦੇ ਨਾਲ ਜਾਂ ਆਪਣੇ ਹੱਥਾਂ ਦੇ ਨਾਲ ਔਰ ਉਸ ਤੋਂ ਬਾਅਦ ਜਿਹੜੇ ਇਹ ਸੰਚੇ ਹੈ ਇਹਨਾਂ ਦੇ ਵਿੱਚ ਪਾਣੀ ਭਰ ਕੇ ਬਾਹਰ ਆ ਜਾਂਦਾ ਸੀ ਔਰ ਪੁਰਾਣੇ ਸਮਿਆਂ ਦੇ ਵਿੱਚ ਖੇਤੀ ਦੇ ਲਈ ਜਾਂ ਪੀਣ ਦੇ ਲਈ ਪਾਣੀ ਹੈ ਜਿਹੜਾ ਉਹ ਇਹੀ ਤਰੀਕਾ ਜਿਹੜਾ ਵਰਤਿਆ ਜਾਂਦਾ ਸੀ। ਤਾਂ ਬਹੁਤ ਸਾਰੇ ਲੋਕ ਇਸ ਜਗ੍ਹਾ 'ਤੇ ਸ਼ਰਧਾ ਭਾਵਨਾ ਦੇ ਨਾਲ ਆਉਂਦੇ ਨੇ ਔਰ ਇਸ ਜਗ੍ਹਾ ਦੇ ਉੱਪਰ ਨਤਮਸਤਕ ਹੁੰਦੇ ਨੇ ਔਰ ਇਸ ਪਵਿੱਤਰ ਖੂਹ ਦਾ ਜਿਹੜਾ ਪਾਣੀ ਹੈ ਉਹ ਪੀ ਕੇ ਸੰਗਤਾਂ ਇਸ ਜਗ੍ਹਾ ਤੋਂ ਨਿਹਾਲ ਹੋ ਕੇ ਜਾਂਦੀਆਂ। ਇਸੇ ਹੀ ਗੁਰੂ ਘਰ ਪਰਿਸਰ ਦੇ ਵਿੱਚ ਬਣਿਆ ਹੋਇਆ ਹੈ ਇੱਕ ਮਿਊਜ਼ੀਅਮ, ਜਿਸ ਵਿੱਚ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਵਸਤੂਆਂ ਤੇ ਚਿੱਤਰਾਂ ਦੇ ਜ਼ਰੀਏ ਪੂਰਾ ਇਤਿਹਾਸ ਦੱਸਿਆ ਗਿਆ ਹੈ। ਤਾਂ ਇਸ ਜਗ੍ਹਾ ਦੇ ਉੱਪਰ ਇੱਕ ਬੇਹੱਦ ਖੂਬਸੂਰਤ ਮਿਊਜ਼ੀਅਮ ਤਿਆਰ ਕੀਤਾ ਗਿਆ ਜਿਸ ਦੇ ਵਿੱਚ ਤੁਸੀਂ ਅਲੱਗ ਅਲੱਗ ਤਸਵੀਰਾਂ ਜਿਸ਼ਨੀ ਵਰਤਿਆ ਔਰ ਨਾਲ ਦੀ ਨਾਲ ਹੀ 20 ਰੁਪਏ ਦਾ ਸ਼ੁਰੂ ਕੀਤਾ ਲੰਗਰ ਅੱਜ ਵੀ ਚੱਲ ਰਿਹਾ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਏਗਾ। ਜੁੜੇ ਰਹੋ ਹੋਰ ਖਬਰਾਂ ਦੇ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ।